ਪਹਿਲੀ ਤਾਂ ਸ਼ੋਰ ਹੁੰਦਾ ਪਿਆ ਲੇਕਿਨ ਟਰਾਲੀ ਨਜ਼ਰ ਕਹਿੰਦੀ ਹੁੰਦੀ ਪਈ ਅਤੇ ਕਿਆ ਵਜ੍ਹਾ ਸਿਰਫ ਔਰ ਸਿਰਫ ਧੁੰਦ ਦੀ ਵਜ੍ਹਾ ਇਹ ਹੁਣ ਥੋੜ੍ਹੀ ਥੋੜ੍ਹੀ ਉਹ ਸਾਹਮਣੇ ਨਜ਼ਰ ਦੀ ਪਈ ਵੇ ਦੇਖੋ ਇਹ ਨਜ਼ਰ ਆ ਗਿਆ ਧੁੰਦ ਹੈ ਦੇਖੋ ਸਰਦੀ ਇਤਨਾ ਜ਼ਿਆਦਾ ਲੇਕਿਨ ਰੋਜ਼ੀ ਦਾ ਤਰਲਾ ਪਿਆ ਥੀਂਦੇ ਇਹ ਦੇਖੋ ਇਹ ਵੀ ਜਹਾਜ਼ ਬਣਿਆ ਹੁੰਦੇ ਟਰੈਕਟਰ ਟਰਾਲੀ ਵਾਲਾ ਜਹਾਜ਼ ਬਣਿਆ ਹੁੰਦੇ ਯਾਰ ਠਾਡੀ ਨਹੀਂ ਲੱਗਦੀ ਬੰਦੀਆਂ ਕੋਈ ਹੈਰਾਨਗੀ ਦੇਖੋ ਤੁਸੀਂ ਕਿਵੇਂ ਅੱਖੀ ਕਿਨੇ ਉਹ ਜਲਦੀ ਨਾ ਪੈਣ ਸਿਰਫ ਔਰ ਸਿਰਫ ਧੁੰਦ ਦੀ ਵਜ੍ਹਾ ਬਸ ਵਿਆਹ ਕੁਛ ਹੈ ਹੀ ਕਹਿ ਨਹੀਂ ਠੱਡ ਹੈ ਕਹਿ ਨਹੀਂ ਠੱਡ ਤਾਂ ਬਹੁਤ ਜ਼ਿਆਦਾ ਹੈ ਇੰਜੋਏ ਕਰਦੇ ਪਿਓ ਠੱਡ ਕੋ ਅਸਲਾਮ ਵਾਲੇਕੁਮ ਮੈਂ ਹਾਂ ਜਾਵੇਦ ਇਕਬਾਲ ਸੁਣੇ ਤੇ ਮੇਰਾ ਯੂਟਿਊਬ ਚੈਨਲ ਦੋਸਤੋ ਅਗਰ ਚੈਨਲ 'ਤੇ ਨਵੇਂ ਹੋਏ ਸਬਸਕ੍ਰਾਈਬ ਕਰ ਦਿਓ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਦਿਓ ਠੱਡੀ ਠੱਡ ਅਤੇ ਸਰਦੀ ਕਨੇ ਹੱਥ ਵੀ ਬਰਫ਼ ਥੈ ਪਿਓ ਸਨ ਜੰਮੇ ਪਿਓ ਸਨ ਲੇਕਿਨ ਕਲਿੱਕ ਕਰਨ ਵਾਸਤੇ ਹੱਥ ਕੰਮ ਜ਼ਰੂਰ ਕਰੇ ਸਨ ਕਿ ਮੇਰੀ ਨਵੀਂ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲੇ ਤੁਸਾਂ ਤੱਕ ਪੁੱਜੇ ਜੀ ਅਸਾਂ ਵੀ ਅੱਜ ਸਰਦੀ ਕੋ ਐਕਸਪਲੋਰ ਕਰਨੇ ਵਧੇ ਹੈ ਸਰਦੀ ਕੋ ਇੰਜੋਏ ਪੇ ਕਰਨੇ ਹੈ ਔਰ ਸੜਕ ਦੇ ਕਿਨਾਰੇ ਤੋਂ ਸਰਦੀ ਦੇ ਮਾਹੌਲ ਔਰ ਲੋਕਾਂ ਦੀ ਆਮਦੋ ਰਫ਼ਤ ਔਰ ਰਾਤ ਦੇ 12 ਵਜੇ 1 ਵਜੇ 2 ਵਜੇ ਵੀ ਲੋਕ ਜਿਹੜੇ ਲੇਬਰ 'ਚ ਕੰਮ ਕਰਦੇ ਹਨ ਗੰਨੇ ਦੀ ਲੇਬਰ 'ਚ ਕੰਮ ਕਰਦੇ ਹਨ ਉੱਠੀ ਤੇ ਵੇਹਦੇ ਹਨ ਉਨੇ ਕੁ ਸਰਦੀ ਕਿਤਨਾ ਜ਼ਿਆਦਾ ਲੱਗਦੀ ਉਸੇ ਅਗਰ ਤੁਸੀਂ ਇਮੈਜਿਨ ਕਰੋ ਤਾਂ ਬਲਾ ਤੁਹਾਡੇ ਵਾਸਤੇ ਇਹ ਠੱਡ ਕਿਸੇ ਹੀ ਕਹਿਣਾ ਉਸੇ ਲੇਕਿਨ ਸਰਦੀ ਕਿਨੇ ਹੁਣ ਹੱਥ ਮੇਰੇ ਜਿਹੜੇ ਨਾ ਜੰਮ ਚੁੱਕੇ ਨੇ ਬੜੀ ਬਰਫ਼ ਹੈ ਯਾਰ ਸਮਝੋ ਬਰਫ਼ ਬਾਰੀ ਥੀਂਦੀ ਪਈ ਹੈ ਮਰੀ ਦਾ ਸਮਾਂ ਹੈ ਜਿਹੜੇ ਗਰੀਬ ਅਸਾਂ ਵਾਲੀ ਕਾਰ ਮਰੀ ਨਹੀਂ ਮੰਨ ਸਕਦੇ ਉਹ ਹੀ ਮੌਸਮ ਵਿੱਚ ਹੀ ਮੌਸਮ ਕੋ ਇੰਜੋਏ ਕਰਨ ਮਰੀ ਸਮਝਦੇ ਸਮਝੋ ਮਰੀ ਆਏ ਵਧੇ ਦੇ ਵਿੱਚ ਪਹਾੜ ਅਤੇ ਝੀਲਾਂ ਸ਼ੀਲਾਂ ਹੁੰਦੀਆਂ ਇਹ ਤਾਂ ਇੱਕ ਝੀਲ ਸਮਝ ਗਏ ਨੋ ਔਰ ਪਹਾੜ ਵੈਸੇ ਇੱਥੇ ਕਹਿ ਰਹੇ ਤੁਹਾਨੂੰ ਨਾ ਨਜ਼ਰ ਆਮ ਸਨ ਲੇਕਿਨ ਖੈਰ ਝੀਲ ਤਾਂ ਤੁਹਾਨੂੰ ਦਿਖਾ ਦਿੱਤੀ ਹੈ ਬਾਕੀ ਇਤਨਾ ਉੱਥੇ ਕਰ ਵੀ ਇਵੇਂ ਬਾਦਲ ਔਰ ਧੁੰਦ ਹੋ ਸੀ ਔਰ ਬਰਫ਼ਬਾਰੀ ਹੋ ਸੇ ਖੈਰ ਇਹ ਜਿਹੜਾ ਪਾਲਾ ਕਿਰਦਾ ਖੜੇ ਇਹ ਵੀ ਬਰਫ਼ਬਾਰੀ ਹੈ ਇੱਥਾਂ ਕਿਹੋ ਜਿਹਾ ਖੂਬਸੂਰਤ ਰੱਖਦੇ ਉੱਥੋਂ ਵੀ ਇਹ ਖੂਬਸੂਰਤ ਨਜ਼ਾਰੇ ਇੱਥਾਂ ਵੀ ਖੂਬਸੂਰਤ ਨਜ਼ਾਰੇ ਨੇ ਆਪਣੇ ਹਾਂ ਹੱਥ ਬਰਫ਼ ਥੈ ਪੈਣ ਲੇਕਿਨ ਲੋਕ ਮੋਟਰਸਾਈਕਲ ਪੰਪ ਕਈ ਪੈਣ ਯਾਰ ਸਪੀਡਾਂ ਮਾਰਦੇ ਪੈਂਦੇ ਨੇ ਬੜੀ ਹਿੰਮਤ ਹੈ ਉਹਨੇ ਦੀ ਮੈਂ ਹਿੰਮਤ ਸਮਝਦਾ ਜਿਹੜੇ ਹੀ ਸਰਦੀ ਦੇ ਵਿੱਚ ਵੀ ਮੋਟਰਸਾਈਕਲ ਦੇ ਉੱਤੇ ਸਪੀਡਾਂ ਮਾਰਦੇ ਗੁਜ਼ਰਦੇ ਨੇ ਜੇ ਲੋਕ ਗੁਜ਼ਰੇ ਨੇ ਕਿਉਂਕਿ ਇੰਨੇ ਕਨੇ ਸਪੀਡ ਮਾਰਨ ਦੀ ਬਿਲਕੁਲ ਫੈਸਿਲਿਟੀ ਹੈ ਪਈ ਲੇਕਿਨ ਮੋਟਰਸਾਈਕਲ ਵਾਲਾ ਸਪੀਡ ਤਾਂ ਬੇਵਕੂਫੀ ਹੈ ਇਤਨੀ ਧੁੰਦ ਔਰ ਇਤਨੀ ਠੱਡ ਦੇ ਵਿੱਚ ਸਮਝੋ ਹੱਥ ਤਾਂ ਵਾਲਾ ਉੱਥੋਂ ਕਿਰਦੇ ਤਾਂ ਬਰਫ਼ ਥੀ ਹੁੰਦੇ ਨੇ ਅਤੇ ਅਸੀਂ ਪੈਦਲ ਵਧੇ ਸਾਰੇ ਹੱਥ ਬਰਫ਼ ਥੈ ਪੈਣ ਔਰ ਮੋਟਰਸਾਈਕਲ ਦੇ ਉੱਤੇ ਤੁਸੀਂ ਖੁਦ ਇਮੈਜਿਨ ਕਰੋ ਕਿਤਨਾ ਜ਼ਿਆਦਾ ਠੱਡ ਪੰਬਦੀ ਉਸੇ ਕਿਤਨਾ ਜ਼ਿਆਦਾ ਹਵਾ ਲੱਗਦੀ ਉਸੇ ਕਿਤਨਾ ਜ਼ਿਆਦਾ ਸਰਦੀ ਲੱਗਦੀ ਉਸੇ ਅਤੇ ਦੋਸਤੋ ਅਗਰ ਤੁਸੀਂ ਵੀ ਮੋਟਰਸਾਈਕਲ 'ਤੇ ਸਪੀਡਮ ਰਹਿੰਦੋ ਤਾਂ ਇਹ ਚੀਜ਼ ਤੋਂ ਗੁਰੇਜ਼ ਕਰਨੇ ਠੱਡ ਤੋਂ ਬਚਣੇ ਠੱਡ ਕਨੇ ਜਿਤਨਾ ਥੀ ਸਕੇ ਆਪਣੇ ਆਪ ਕੋ ਮਹਿਫੂਜ਼ ਰੱਖੋ ਜੀ ਦੋਸਤੋ ਅੱਜ ਦੀ ਬਿਮਾਰ ਤੁਹਾਡੀ ਕਿੰਝੀ ਗੁਜ਼ਰੀ ਹੈ ਸਰਦੀ ਕਿ ਨੂੰ ਮਹਿਫੂਜ਼ ਰਹਿ ਗਿਓ ਬੱਚੇ ਰਹਿ ਗਿਓ ਬਾਹਰ 'ਤੇ ਬੈਠੇ ਰਹਿ ਗਿਓ ਜਾਂ ਸਰਦੀ ਕੋ ਇੰਜੋਏ ਕਰਨ ਰਹਿ ਗਿਓ ਔਰ ਬਾਹਰ ਦੇ ਮੌਸਮ ਕੋ ਇੰਜੋਏ ਕਰਨ ਰਹਿ ਗਿਓ ਆਪਾਂ ਸਰਦੀ ਕੋ ਇੰਜੋਏ ਤਾਂ ਨਹੀਂ ਕੀਤਾ ਬਸ ਸਰਦੀ ਕੋ ਬਰਦਾਸ਼ਤ ਕੀਤੇ ਲੇਕਿਨ ਹੁਣ ਇਤਨਾ ਸਰਦੀ ਹੈ ਕਿ ਬਰਦਾਸ਼ਤ ਹੀ ਸਕਦੀ ਹੈ ਬੇਅਰੇਬਲ ਹੈ ਟੋਪੀ ਛੋਪੀ ਲੈ ਚੁੱਕੀ ਹੈ ਔਰ ਮਫਰਲ ਵਗੈਰਾ ਵੀ ਕਹਿ ਨਹੀਂ ਅਤੇ ਸਿਰਫ ਇੱਕ ਜਰਸੀ ਹੈ ਮਤਲਬ ਹੀ ਟਾਈਮ ਸਰਦੀ ਇਤਨਾ ਕਹਿ ਨਹੀਂ ਕਿ ਬੰਦਾ ਇਤਨਾ ਚੀਜ਼ਾਂ ਪਾਵੇ ਲੇਕਿਨ ਵਲਾ ਵੀ ਹੀ ਸਰਦੀ ਕਨੇ ਜਿਤਨਾ ਥੀ ਸਕੇ ਮਹਿਫੂਜ਼ ਰਹੋ ਔਰ ਖੁਸ਼ਕ ਮੇਵਾਜਾਤ ਦਾ ਜ਼ਿਆਦਾਤਰ ਇਸਤੇਮਾਲ ਕਰੋ ਸ਼ਹਿਦ ਦਾ ਇਸਤੇਮਾਲ ਕਰੋ ਜਿਤਨਾ ਥੀ ਸਕੇ ਆਪਣੇ ਆਪ ਕੋ ਆਪਣੇ ਵਾਲੇ ਕੋ ਸਰਦੀ ਕੇ ਨੂੰ ਮਹਿਫੂਜ਼ ਰੱਖੋ ਵਿੱਚੋਂ ਇੱਕ ਯੂਟਿਊਬਰ ਸਾਹਿਬ ਵੀਡੀਓ ਬੜੀ ਪਿਆਰ ਸੀ ਸਰਦੀ ਮੇਰੇ ਕੋਲ ਕੁਝ ਨਹੀਂ ਆਦੀ ਇਹ ਨਹੀਂ ਥੀਂਦਾ ਵੋ ਨਹੀਂ ਥੀਂਦਾ ਅਗਰ ਸਰਦੀ ਦਾ ਝਟਕਾ ਲੱਗ ਗਿਆ ਤਾਂ ਵਾਲਾ ਬਰਦਾਸ਼ਤ ਕਰਨ ਬਹੁਤ ਔਖਾ ਥੀ ਵੈਸੇ ਅਗਰ ਹੁਣ ਮਹਿਸੂਸ ਨਾ ਵੀ ਥੀ ਸੇ ਤਾਂ ਤੁਹਾਨੂੰ ਵਾਲਾ ਥੋੜ੍ਹੀ ਜਿਹੀ ਅਧੇੜ ਉਮਰ ਦੇ ਅੰਦਰ ਸਰਦੀ ਬੜਾ ਤੰਗ ਕਰੇ ਸੇ ਅਤੇ ਕੋਸ਼ਿਸ਼ ਕਰਨੀ ਆਪਣੇ ਆਪ ਕੋ ਸਰਦੀ ਨੂੰ ਮਹਿਫੂਜ਼ ਰੱਖਣੇ ਅੱਜ ਦੀ ਵੀਡੀਓ ਕਿੰਝੀ ਲੱਗੀ ਸੀ ਬਾਰੇ ਕਮੈਂਟਸ ਵਿੱਚ ਵੀ ਜ਼ਰੂਰ ਦੱਸਣੇ ਬਹੁਤ ਜ਼ਿਆਦਾ ਸ਼ੁਕਰੀਆ ਅੱਲਾ ਹਾਫਿਜ਼